ਪੰਜਾਬ ਸਰਕਾਰ ਦੇ ਸਰਕਾਰੀ ਰਾਸ਼ਨ ਨੂੰ ਬਰਨਾਲਾ ਦੀ ਬਸਤੀ ਦੇ ਗਰੀਬ ਲੋਕਾਂ ਦੁਆਰਾ ਉਡੀਕਦਿਆਂ ਨੂੰ ਅੱਖਾਂ ਪੱਕ ਗਈਆਂ ਹਨ ਅਤੇ ਉਹਨਾਂ ਨੂੰ ਰਾਸ਼ਨ ਨਹੀਂ ਮਿਲਿਆ, ਜਿਸ ਤੋਂ ਅੱਗੇ ਬਸਤੀ ਦੇ ਗਰੀਬ ਲੋਕਾਂ ਨੇ ਸਰਕਾਰ ਖਿਲਾਫ਼ ਥਾਲੀਆਂ ਵਜਾ ਕੇ ਅਨੋਖਾ ਰੋਸ ਪ੍ਰਦਰਸ਼ਨ ਕਰਕੇ ਰਾਸ਼ਨ ਦੇਣ ਦੀ ਮੰਗ ਕੀਤੀ ਹੈ, ਕਿਉਂਕਿ ਉਹ ਘਰ ਕੰਮ ਤੋਂ ਮੁਤਾਜ ਹੋ ਕੇ ਵਿਹਲੇ ਬਹਿ ਕੇ ਰਹਿ ਗਏ ਹਨ ਅਤੇ ਇਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਤੋਂ ਵੀ ਅਸਮਰੱਥ ਹਨ ਅਤੇ ਸਰਕਾਰ ਦੇ ਵਾਅਦਿਆਂ ਦੀ ਪੂਰਤੀ ਨਾ ਹੋਣ ਕਰਕੇ ਆਪਣਾ ਰੋਸ ਪ੍ਰਦਰਸ਼ਨ ਦਰਸਾ ਰਹੇ ਹਨ। ਇਹਨਾਂ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਸਾਡੇ ਬਰਨਾਲਾ ਤੋਂ ਰਿਪੋਰਟਰ ਮੱਗਰਪੁਰੀ ਨੇ, ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ। ਮੈਂ ਮੱਗਰਪੁਰੀ, ਤੁਹਾਨੂੰ ਪਤਾ ਇੱਕ ਮਹਾਮਾਰੀ ਦਾ ਜਿਹੜਾ ਕਹਿਰ ਚੱਲਿਆ ਹੋਇਆ, ਕਿੱਥੇ ਕਰਫਿਊ ਲੱਗਣ ਕਰਕੇ ਲੋੜਵੰਦ ਪਰਿਵਾਰਾਂ ਨੂੰ ਕਈ ਥਾਂ 'ਤੇ ਰਾਸ਼ਨ ਵੀ ਦੇ ਦਿੱਤਾ ਜਾ ਰਿਹਾ ਹੈਗਾ। ਕੁਛ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਕੋਲ ਸਰਕਾਰ ਦਾ ਜਾਂ ਕੋਈ ਸੰਸਥਾ ਦਾ ਰਾਸ਼ਨ ਨਹੀਂ ਪਹੁੰਚਿਆ। ਮੈਂ ਗੱਲ ਕਰਨ ਲੱਗਿਆਂਗਾ ਬਰਨਾਲਾ ਦੀ ਆਵਾਬਸਤੀ ਦੀ। ਇੱਥੇ ਜਿਹੜਾ ਰਾਸ਼ਨ ਆ, ਨਾ ਸਰਕਾਰ ਵੱਲੋਂ, ਨਾ ਕਿਸੇ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ, ਜਾਂ ਕੋਈ ਸੰਸਥਾ ਵੱਲੋਂ ਇੱਥੋਂ ਕਿਸੇ ਪਾਸੇ ਜਿਹੜਾ ਰਾਸ਼ਨ ਨਹੀਂ ਮਿਲਿਆ। ਅੱਜ ਤੁਸੀਂ ਜਿਹੜਾ ਇੱਥੇ ਮੁਹੱਲੇ ਦੇ ਵਿੱਚ ਆਪਣੇ ਆਪਣੇ ਕੋਠੇ ਦੇ, ਆਪਣੇ ਆਪਣੇ ਘਰਾਂ ਦੇ ਬਾਹਰ ਖੜ ਕੇ ਜਿਹੜੇ ਭਾਂਡੇ ਖੜਕਾਏ ਜਾ ਰਹੇ ਨੇ ਵੀ ਸਾਡੇ ਭਾਂਡਿਆਂ ਦੇ ਵਿੱਚ ਕੁਛ ਨਹੀਂ ਹੈਗਾ, ਉਸ ਭਾਂਡਿਆਂ ਦੇ ਵਿੱਚ ਸਾਡਾ ਜਿਹੜਾ ਖਾਣ ਪੀਣ ਦਾ ਰਾਸ਼ਨ ਆ ਉਹ ਪਾਇਆ ਜਾਵੇ, ਸਾਨੂੰ ਰਾਸ਼ਨ ਪਹੁੰਚਦਾ ਕੀਤਾ ਜਾਵੇ। ਮੇਰੇ ਨਾਲ ਇੱਥੇ ਜਿਹੜੇ ਮੌਜੂਦਾ MC ਦੇ ਸੋਨੀ ਜਾਗਲ ਜੀ, ਉਹ ਮੇਰੇ ਨਾਲ ਨੇ, ਇਹਨਾਂ ਨਾਲ ਗੱਲ ਕਰਾਂਗੇ ਵੀ ਜਿਹੜਾ ਰਾਸ਼ਨ ਇੱਥੇ ਹਜੇ ਤੱਕ ਕਿਉਂ ਨਹੀਂ ਪਹੁੰਚਦਾ ਕੀਤਾ ਗਿਆ, ਜਾਂ ਕੋਈ ਅਧਿਕਾਰੀ ਇਹਨਾਂ ਦਾ ਇੱਥੇ ਸਰਵਾ ਕਰਨ ਵਾਸਤੇ ਆਇਆ ਜਾਂ ਨਹੀਂ ਆਇਆ। ਅੱਜ ਜਿਹੜਾ ਰਾਸ਼ਨ ਇੱਥੇ ਮੁਹੱਲੇ ਦੇ ਵਿੱਚ ਜਿਹੜਾ ਭਾਂਡੇ ਖੜਕਾਏ ਜਾ ਰਹੇ ਨੇ, ਤੁਸੀਂ ਮੌਜੂਦਾ ਇੱਥੇ ਦੇ MC ਹੋਵੋਗੇ, ਇੱਥੇ ਕੋਈ ਅਧਿਕਾਰੀ ਜਾਂ ਪਹੁੰਚਿਆ ਜਾਂ ਰਾਸ਼ਨ ਵਾਸਤੇ ਨਹੀਂ ਪਹੁੰਚਿਆ, ਕੀ ਪੂਰਾ ਮਾਮਲਾ ਜੀ? ਇਹ ਜਿਹੜੀ ਆਵਾ ਬਸਤੀ ਹੈ ਵਾਰਡ ਨੰਬਰ 5 ਦੇ ਵਿੱਚ ਜੀ, ਇੱਕ ਗਰੀਬ ਬਸਤੀ ਹੈਗੀ ਜਿਹੜੇ ਕਿਤੇ ਮਜ਼ਦੂਰ ਰਹਿੰਦੇ ਨੇ, ਕਿ ਦਿਹਾੜੀਦਾਰ ਬੰਦੇ ਨੇ, ਰਿਕਸ਼ਾ ਚਲਾਉਂਦੇ ਨੇ ਜੀ, ਸਿਰਫ ਉਹ ਪਰਿਵਾਰ ਇੱਥੇ ਘੱਟੋ ਘੱਟ 150-200 ਪਰਿਵਾਰ ਰਹਿੰਦਾ। ਇੱਥੇ ਅੱਜ ਤਾਂ 15 ਦਿਨ ਹੋ ਗਏ ਜੀ, 20 ਦਿਨ ਇਹਨਾਂ ਤੱਕ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ ਇਹਨਾਂ ਦਾ ਜਾਇਜ਼ਾ ਲੈਣ ਵਾਸਤੇ, ਨਾ ਹੀ ਇੱਥੇ ਕੋਈ ਸੰਸਥਾ ਆਈ ਹੈਗੀ। ਇੱਥੇ ਕੋਈ ਕਿਸੇ ਤਰ੍ਹਾਂ ਵਿਚਾਰੇ ਭੁੱਖੇ ਮਰਦੇ ਨੇ, 15 ਦਿਨ ਤਾਂ ਇਹਨਾਂ ਨੇ ਕੱਢ ਲਏ ਔਖੇ ਸੌਖਿਆਂ ਨੂੰ, ਉਹ ਜਿੰਨੇ ਚੋਂ ਅਸੀਂ ਸੀਗੇ ਅਸੀਂ ਮਦਦ ਕਰਦੇ ਜਿੰਨੇ ਜੋਗੇ ਸੀਗੇ, ਪਰ ਹੁਣ ਅਸੀਂ ਵੀ ਕੀ ਕਰੀਏ ਦੱਸੋ? ਐਡਾ ਵੱਡਾ ਵਾਰਡ ਆ, ਇਹ ਸਭ ਤੋਂ ਵੱਡੀ ਬਸਤੀ ਇਹ ਹੈਗੀ, ਇੱਥੇ ਕੋਈ ਅਧਿਕਾਰੀ ਸੰਸਥਾ ਕੁਛ ਨਹੀਂ ਆਇਆ ਹੈਗਾ। ਇਹ ਸਰਕਾਰ 850 ਕਰੋੜ ਰੁਪਈਆ ਜਿਹੜਾ ਸਰਕਾਰ ਕੋਲ ਸੈਂਟਰ ਦਾ ਲੋੜਵੰਦਾਂ ਵਾਸਤੇ ਵੰਡਣ ਵਾਸਤੇ, ਕੋਈ ਇੱਥੇ ਰਾਸ਼ਨ ਕਿੱਟ ਨਹੀਂ ਆਈ ਹੈਗੀ, ਇਹ ਕਿੱਧਰ ਨੂੰ ਜਾਣ ਦੱਸੋ ਲੋਕਾਂ ਨੂੰ ਕੀ ਹਾਲਤ? ਕਿੰਨੀ ਕੁ ਆਬਾਦੀ ਆ ਜਿਹੜੀ ਇੱਥੇ? ਕਾਫੀ ਵੱਡੀ ਜਿਹੜੀ ਬਸਤੀ ਨੂੰ ਦੱਸਣਾ ਚਾਹਾਂਗਾ ਮੈਂ ਜ਼ਰੂਰ, ਇਹ ਕਾਫੀ ਵੱਡੀ ਗਿਣਤੀ ਦੇ ਵਿੱਚ ਆਬਾਦੀ ਆ, ਕਾਫੀ ਵੱਡੀ ਇਹ ਆਵਾ ਬਸਤੀ ਹੈਗੀ, ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜਾ ਸੰਘੇੜਾ ਰੋਡ ਹੈਗਾ ਇਹ ਨਾਲ ਹੀ ਉਹਦੇ ਬਸਤੀ ਮੰਨੀ ਜਾਂਦੀ ਹੈਗੀ, ਅਤੇ ਕਾਫੀ ਗਿਣਤੀ ਦੇ ਵੱਡੇ ਜਿਹੜੀ ਗਿਣਤੀ ਦੇ ਵਿੱਚ ਇੱਥੇ ਘਰ ਨੇ, ਕਾਫੀ ਵੱਡੀ ਆਬਾਦੀ ਹੈਗੀ। ਕਿੰਨੀ ਕੁ ਆਬਾਦੀ ਹੈ ਜਿਹੜੀ ਇੱਥੇ ਜਿਹੜੀ ਆ? ਇੱਥੇ ਘੱਟੋ ਘੱਟ ਜੀ ਮੈਨੂੰ ਲੱਗਦਾ 600-700 ਦੀ, 700-1000 ਦੇ ਨੇੜੇ ਤੇੜੇ ਆਬਾਦੀ ਹੋ, 700 ਤੋਂ ਲੈ ਕੇ 1000 ਦੇ ਨੇੜੇ। ਇੱਥੇ ਇਹਨਾਂ ਕੋਲ ਜਿਹੜਾ ਉਹ ਹਜੇ ਤੱਕ ਕੋਈ ਸਰਕਾਰੀ ਕੋਈ ਕੁਛ ਨਹੀਂ, ਸੰਸਥਾ ਦਾ ਕੋਈ ਰਾਸ਼ਨ ਨਹੀਂ ਆਇਆ ਹੈਗਾ। ਅੱਜ ਮੈਂ ਈਓ ਸਾਹਿਬ ਨਾਲ ਹੀ ਸੰਪਰਕ ਕਰਿਆ ਸੀਗਾ ਸਾਡੇ ਨਗਰ ਕੌਂਸਲ ਦੇ ਨਾਲ, ਮੈਂ ਇਹਨਾਂ ਨੂੰ ਵੀ ਯਾਦ ਕਰਾ ਦੀ ਮਹਾਂ ਸਾਰੇ ਪਿਆਵਾਂ ਵਾਸੀ ਵੀ ਵਾਰਡ ਨੰਬਰ 5 ਦੇ ਵਿੱਚ ਇੱਥੇ ਕੋਈ ਆਪਣਾ ਅਧਿਕਾਰੀ ਨਹੀਂ ਆਇਆ ਹੈਗਾ ਕੁਛ ਵੀ ਦੇਣ ਵਾਸਤੇ, ਸਰਕਾਰੀ ਕਿੱਟਾਂ ਵੰਡੀਆਂ ਜਾ ਰਹੀਆਂ ਨੇ, ਪਤਾ ਨਹੀਂ ਕਿੱਥੇ ਵੰਡੀਆਂ ਜਾ ਰਹੀਆਂ ਨੇ, ਪਤਾ ਨਹੀਂ ਕਾਗਜ਼ਾਂ 'ਚ ਵੰਡ ਰਹੇ ਨੇ ਜਾਂ ਲੋਕਾਂ ਨੂੰ ਦੇ ਰਹੇ ਨੇ ਕਿ ਨਹੀਂ ਦੇ ਰਹੇ, ਪਰ ਸਾਡੇ ਇੱਥੇ ਕੁਛ ਕੋਈ ਨਹੀਂ ਪਹੁੰਚਿਆ ਗਿਆ, ਬਾਕੀ ਤੁਸੀਂ ਆਪ ਦੇਖ ਸਕਦੇ ਹੋ। ਇਹ ਤੁਸੀਂ ਦੇਖ ਹੀ ਲਿੱਤਾ ਵੀ ਕਿਸ ਤਰ੍ਹਾਂ ਦਾ ਰਾਸ਼ਨ ਦਿੱਤਾ ਜਾ ਰਿਹਾ। ਸਰਕਾਰ ਵੈਸੇ ਬੇਸ਼ੱਕ ਦਾਅਵੇ ਕਰ ਰਹੀ ਹੈਗੀ ਵੀ ਸਰਕਾਰ ਪ੍ਰੋਪਰ ਘਰ ਘਰ ਜਿਹੜਾ ਕੰਟਰੋਲ ਰੂਮ, ਫੋਨ ਨੰਬਰ ਵੀ ਦਿੱਤਾ ਗਿਆ ਹੈਗਾ ਜਿਹੜਾ ਘਰ ਘਰ ਤੁਹਾਨੂੰ ਘਰੇ ਘਰੇ ਜਿਹੜਾ ਰਾਸ਼ਨ ਪਹੁੰਚਦਾ ਕੀਤਾ ਜਾਊਗਾ। ਇਹ ਆਪਾਂ ਨੂੰ ਦੇਖਣ ਨੂੰ ਸਾਹਮਣੇ ਤਸਵੀਰਾਂ ਮਿਲ ਰਹੀਆਂ ਨੇ ਵੀ ਸਰਕਾਰ ਕਿੰਨੀ ਕੁ ਸਖਤਾਈ ਨਾਲ ਲੋਕਾਂ ਨੂੰ ਇੱਕ ਸਿਰਫ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਪਰ ਵਾਅਦੇ ਪੂਰੇ ਨਹੀਂ ਹੁੰਦੇ ਇਹ ਆਵਾਬਸਤੀ ਵਿੱਚ ਦੇਖਣ ਨੂੰ ਮਿਲਿਆ, ਪਰ ਜਿਹੜਾ ਰਾਸ਼ਨ ਹੈਗਾ ਇਹਨਾਂ ਕੋਲ ਹਜੇ ਤੱਕ ਕੋਈ ਸਰਕਾਰੀ ਜਾਂ ਕੋਈ ਅਧਿਕਾਰੀ ਨਹੀਂ ਆਇਆ, ਪਰ ਲੋੜ ਆ ਗਈ, ਸੰਸਥਾ ਨੂੰ ਵੀ ਇੱਕ ਲੋੜ ਆ ਗਈ। ਇੱਥੇ ਇਸ ਟਾਈਮ ਜਿਹੜਾ ਕਰਫਿਊ ਲੱਗਿਆ ਹੋਇਆ, ਨਾ ਕਿਸੇ ਨੂੰ ਬਾਹਰ ਜਾਣ ਦਿੱਤਾ ਜਾਂਦਾ ਗਾ, ਨਾ ਕਿਸੇ ਨੂੰ ਬਾਹਰ ਆਉਣ ਦਿੱਤਾ ਜਾਂਦਾ ਗਾ, ਤੋ ਲੋੜ ਆ ਗਈ ਇਸ ਤਰ੍ਹਾਂ ਇਸ ਗਰੀਬਾਂ ਦੀ ਮਦਦ ਕਰਨ ਦੀ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦੀ। ਸੋ ਦੇਖਣਾ ਇਹ ਹੋਵੇਗਾ ਵੀ ਸਰਕਾਰ ਦੇ ਕਿੰਨਾ ਤੱਕ ਸਰਕਾਰ ਕਿੰਨਾ ਦੇ ਪਰਿਵਾਰਾਂ ਤੱਕ ਰਾਸ਼ਨ ਪਹੁੰਚਦਾ ਕਰਦੀ ਆ ਜਾਂ ਨਹੀਂ ਪਹੁੰਚਦਾ ਕਰਦੀ ਆ। ਬਰਨਾਲਾ ਤੋਂ ਮੱਗਰਪੁਰੀ। ਇਹ ਸੀ ਸਾਡੇ ਬਰਨਾਲਾ ਤੋਂ ਰਿਪੋਰਟਰ ਮੱਗਰਪੁਰੀ ਦੀ ਰਿਪੋਰਟ। ਪੰਜਾਬ ਦੇ ਜ਼ਿਲ੍ਹਿਆਂ ਦੀ ਬਰੀਕੀ ਨਾਲ ਖਬਰ ਜਾਣਨ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ